ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਬੜੀ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਕੋਲ ਕਿ ਸੋਸ਼ਲ ਮੀਡੀਆ ਉੱਪਰ ਇੱਕ ਅਫਵਾਹ ਚੱਲ ਰਹੀ ਹੈ। ਇੱਕ ਜੇਕਰ ਅਸੀਂ ਗੱਲ ਕਰੀਏ, ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ ਵਾ, ਉਹ ਹੈ ਦੁੱਧ ਨੂੰ ਲੈ ਕੇ। ਪੈਟਰੋਲ ਦੀ ਕੀਮਤ ਵਧੀ, ਡੀਜ਼ਲ ਦੀ ਕੀਮਤ ਵਧੀ, ਤਾਂ ਸੋਸ਼ਲ ਮੀਡੀਆ ਉੱਪਰ ਇੱਕ ਟ੍ਰੈਂਡ ਚਲਾਇਆ ਗਿਆ, ਇੱਕ ਦੌਰ ਚਲਾਇਆ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈ ਲਿਆ ਕਿਹੜਾ ਦੁੱਧ ਹੈ ਉਹ 1 ਤੋਂ ਲੈ ਕੇ 5 ਤੱਕ, 1 ਮਾਰਚ ਤੋਂ ਲੈ ਕੇ 5 ਮਾਰਚ ਤੱਕ ਤਾਂ ਜਿਹੜਾ ਦੁੱਧ ਹੈ ਉਹਦਾ ਬਾਈਕਾਟ ਹੀ ਕੀਤਾ ਜਾਊਗਾ, ਸ਼ਹਿਰਾਂ ਦੇ ਵਿੱਚ ਭੇਜਿਆ ਨਹੀਂ ਜਾਊਗਾ, ਅਤੇ ਉਸ ਤੋਂ ਬਾਅਦ ਇਹਦੀ ਕੀਮਤ 100 ਰੁਪਇਆ ਲੀਟਰ ਕਰ ਦਿੱਤੀ ਜਾਊਗੀ। ਬੜੀ ਇਹਦੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ, ਲਗਾਤਾਰ ਕਮੈਂਟ ਆ ਰਹੇ ਸੀ, ਕੁਝ ਲੋਕਾਂ ਵੱਲੋਂ ਹੱਕ ਵਿੱਚ ਆ ਰਹੇ ਸੀ, ਕੁਝ ਲੋਕਾਂ ਵੱਲੋਂ ਵਿਰੋਧ ਵਿੱਚ ਆ ਰਹੇ ਸੀ, ਪਰ ਕੀ ਕਿਸਾਨ ਜਥੇਬੰਦੀਆਂ ਨੇ, ਕੀ ਸੰਯੁਕਤ ਮੋਰਚੇ ਨੇ ਫੈਸਲਾ ਲਿਆ ਇਹਦੇ ਬਾਰੇ, ਬੜੀ ਜਿਹੜੀ ਆ ਹਜੇ ਲੋਕਾਂ ਦੇ ਵਿੱਚ ਦਚਿੱਤੀ ਸੀ, ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ। ਤਾਂ ਕੱਲ੍ਹ ਸ਼ਾਮ ਨੂੰ ਸੰਯੁਕਤ ਮੋਰਚੇ ਦੇ ਵੱਖ ਵੱਖ ਬੁਲਾਰਿਆਂ ਨੇ, ਸੰਯੁਕਤ ਮੋਰਚੇ ਤੋਂ ਬਾਹਰ ਵਾਲੀਆਂ ਜਥੇਬੰਦੀਆਂ ਨੇ ਜਿਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਨੇ, ਇਹ ਸਪਸ਼ਟ ਕੀਤਾ। ਸੰਯੁਕਤ ਮੋਰਚੇ ਵਿੱਚ ਡਾਕਟਰ ਦਰਸ਼ਨਪਾਲ ਨੇ ਲਾਈਵ ਹੋ ਕੇ ਸਪਸ਼ਟ ਕੀਤਾ ਕਿ ਸੰਯੁਕਤ ਮੋਰਚੇ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ। ਅੱਜ ਪਤਾ ਲੱਗਿਆ ਵੀ ਵੀਡੀਓ ਕੰਪੈਰਨ ਹੋ ਰਹੀ ਹੈ, ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ ਕੋਈ ਗੱਲ ਅਫਵਾਹ, ਕਿ ਜਥੇਬੰਦੀਆਂ ਦੇ ਵਿੱਚੋਂ ਇਹੋ ਜਿਹਾ ਪ੍ਰਚਾਰ ਹੋ ਰਿਹਾ ਕਿ ਉਹ ਦੁੱਧ ਦਿੱਲੀ ਵਾਸਤੇ ਸ਼ਹਿਰ ਦੇ ਲੋਕਾਂ ਨੂੰ ਦੁੱਧ ਪਾਣੀ ਬੰਦ ਕਰ ਦੇਣਗੇ, ਜਿਹਦੇ ਨਾਲ ਦੁੱਧ ਉਹ 100 ਰੁਪਏ ਵੇਚਣਗੇ। ਇਸ ਤਰ੍ਹਾਂ ਦੇ ਜਥੇਬੰਦੀਆਂ ਦਾ ਕੋਈ ਲਿਖਿਆ ਹੋਇਆ ਪ੍ਰੋਗਰਾਮ ਨਹੀਂ ਹੈ। ਹਾਂ, ਜਥੇਬੰਦੀਆਂ ਦਾ ਅੱਜ ਤੱਕ ਕਾਨੂੰਨਾਂ ਦੇ ਮਸਲੇ 'ਤੇ ਅਸੀਂ ਇਕੱਠੇ ਹੋਏ ਹਾਂ, ਦੁੱਧ ਦੀਆਂ ਕੀਮਤਾਂ ਦੇ ਵਾਧੇ ਦੀ ਗੱਲ ਤਾਂ ਅਗਲਾ ਕਰ ਸਕਦਾ, ਕਿਉਂਕਿ ਫੀਡ ਹੈ ਬਹੁਤ ਮਹਿੰਗੀ ਹੈ। ਅਸੀਂ ਉੱਥੇ ਸਗੋਂ ਇਹ ਗੱਲ ਕਰਦੇ ਹਾਂ ਵੀ ਜਿਹੜੀਆਂ ਫੀਡਾਂ ਨੇ, ਪਸ਼ੂਆਂ ਦੇ ਖਾਣ ਵਾਲੇ ਚਾਰੇ ਨੇ ਜਾਂ ਫੀਡਾਂ ਨੇ ਖੁਰਾਕਾਂ ਨੇ, ਉਹ ਸਸਤੀਆਂ ਕਰੋ। ਯਾਨੀ ਇਹ ਉਹ ਸਸਤੀਆਂ ਕਰਨੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣੇ ਪੈਦਾਵਾਰ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਕਾਰਪੋਰੇਟ ਘਰਾਣੇ ਤੋਂ ਲੈਂਦੇ ਹਾਂ, ਅਸੀਂ ਉਹਨਾਂ ਦੇ ਰੇਟ ਥੱਲੇ ਕਰੋ ਤਾਂ ਕਿ ਸਾਨੂੰ ਉਹ ਸਸਤੀਆਂ ਮਿਲਣ, ਪ੍ਰੋਡਕਸ਼ਨ ਸਸਤੀ ਹੋ ਸਕੇ। ਜੇ ਪੈਦਾਵਾਰ ਸਸਤੀ ਹੁੰਦੀ ਹੈ ਤਾਂ ਉਹ ਬਾਜ਼ਾਰ ਦੇ ਵਿੱਚ ਸਸਤੀ ਮਾਰਕੀਟ ਦੇ ਵਿੱਚ ਜਾਊਗੀ ਤਾਂ ਸਾਰੇ ਲੋਕਾਂ ਨੂੰ ਫਾਇਦਾ ਹੁੰਦਾ। ਹੁਣ ਮਹਿੰਗੀ ਵੇਚ ਕੇ ਵੀ ਸਾਨੂੰ ਕੁਛ ਨਹੀਂ ਬਚਦਾ, ਜੇ ਇਹ ਖਪਤਕਾਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਪੈਦਾਵਾਰ ਵਾਸਤੇ ਚੀਜ਼ਾਂ ਫੀਡ ਵਗੈਰਾ ਮਿਲਦੀ ਹੈ, ਜੇ ਉਹ ਸਸਤੀ ਹੁੰਦੀ ਹੈ ਤਾਂ ਸਾਨੂੰ ਸਸਤਾ ਰੇਟ ਦੁੱਧ ਵੇਚ ਕੇ ਵੀ ਕੁਛ ਨਾ ਕੁਛ ਸਾਡੇ ਪੱਲੇ ਪੈਂਦਾ। ਇਸ ਕਰਕੇ ਸਾਡੀ ਤਾਂ ਇਹ ਪੋਲਿਸੀ ਹੈ, ਜਥੇਬੰਦੀਆਂ ਦੀ ਪੋਲਿਸੀ ਹੈ ਕਿ ਜਿਹੜੀਆਂ ਖੇਤੀ ਵਾਸਤੇ ਵੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਵਰਤਦੇ ਹਾਂ, ਖਾਣ ਵਾਲੀਆਂ ਵਸਤਾਂ, ਅਨਾਜ, ਸਬਜ਼ੀਆਂ ਵਗੈਰਾ ਪੈਦਾ ਕਰਦੇ ਹਾਂ, ਉਹਨਾਂ ਵਾਸਤੇ ਜਿਹੜੀਆਂ ਵੀ ਚੀਜ਼ਾਂ ਅਸੀਂ ਵਰਤਦੇ ਹਾਂ ਉਹ ਉਹਨਾਂ ਦੇ ਰੇਟ ਥੱਲੇ ਆਉਣ, ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ 'ਤੇ ਕੱਟ ਹੋਵੇ ਅਤੇ ਪੈਦਾਵਾਰ ਹੈ ਜਿਹੜੀ ਉਹ ਸਸਤੀ ਹੋ ਸਕੇ ਤਾਂ ਕਿ ਅਸੀਂ ਦੁਨੀਆ ਦੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਵੀ ਆ ਸਕੀਏ। ਅਨਾਜ, ਦਾਲਾਂ, ਸਬਜ਼ੀਆਂ ਸਸਤੀਆਂ ਹੋਣ, ਉਹ ਸਸਤੀਆਂ ਵੇਚ ਕੇ ਵੀ ਸਾਨੂੰ ਮੁਨਾਫਾ ਹੋਵੇ, ਅਸੀਂ ਇਹੋ ਜਿਹੀ ਖੇਤੀ ਬਣਾਉਣਾ ਚਾਹੁੰਦੇ ਹਾਂ। ਨਾ ਕਿ ਅਸੀਂ ਇਹ ਕਿ ਆਪਣੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਕੋਈ ਤੰਗ ਪਰੇਸ਼ਾਨ ਕਰਨ ਦੀ ਖਾਤਰ ਕੋਈ ਇਹੋ ਜਿਹੀ ਪੋਲਿਸੀ ਦੀ ਮੰਗ ਕਰ ਰਹੇ ਹਾਂ ਵੀ ਅਸੀਂ ਤੁਹਾਡਾ ਦੁੱਧ ਬੰਦ ਕਰ ਦਾਂਗੇ, ਸ਼ਾਰਟ ਕਰ ਦਾਂਗੇ ਜਾਂ 100 ਰੁਪਏ ਕਿਲੋ ਕਰ ਦਾਂਗੇ। ਇਸ ਕਿਸਮ ਦੀਆਂ ਸ਼ਹਿਰੀ ਭਰਾ ਨੇ ਜਿਹੜੀਆਂ ਉਹ ਭਗਵਾਨ ਨਾ ਸੁਣਨ, ਜਥੇਬੰਦੀਆਂ ਦੀ ਕੋਈ ਪੋਲਿਸੀ ਨਹੀਂ ਹੈ, ਕੋਈ ਵੀ ਜਥੇਬੰਦੀ ਸਾਡੇ ਵਿੱਚੋਂ ਇਹੋ ਜਿਹਾ ਨਹੀਂ ਕੋਈ ਕਹਿ ਸਕਦੀ ਵੀ ਅਸੀਂ ਕੋਈ ਦੁੱਧ ਬੰਦ ਕਰਕੇ ਸ਼ਹਿਰੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ। ਧੰਨਵਾਦ। ਸੰਯੁਕਤ ਮੋਰਚਾ ਅਜਿਹੇ ਕਿਸੇ ਵੀ ਪ੍ਰਾਵਧਾਨ ਦਾ ਸਮਰਥਨ ਨਹੀਂ ਕਰਦਾ ਕਿ 1 ਤੋਂ 5 ਮਾਰਚ ਤੱਕ ਕੋਈ ਬਾਈਕਾਟ ਕੀਤਾ ਜਾਵੇ ਜਾਂ ਉਸ ਤੋਂ ਬਾਅਦ 100 ਰੁਪਇਆ ਕੀਮਤ ਕੀਤੀ ਜਾਵੇ। ਸੰਯੁਕਤ ਮੋਰਚੇ ਦਾ ਕਹਿਣਾ ਹੈ ਕਿ ਜਿਹੜਾ ਦੁੱਧ ਹੈ ਇਹ ਹਰ ਇੱਕ ਘਰ ਦੇ ਵਿੱਚ ਲੋੜੀਂਦਾ ਹੈ, ਅਤੇ ਕਿਸਾਨ ਬੇਸ਼ੱਕ ਇਹ ਦੁੱਧ ਨੂੰ ਪੈਦਾ ਕਰਦਾ ਪਰ ਕਿਸਾਨ ਲੋਕਾਂ ਨਾਲ ਨਹੀਂ ਧੱਕਾ ਕਰ ਸਕਦਾ, ਕਿਸਾਨ ਆਮ ਲੋਕਾਂ ਨਾਲ ਕਿਸੇ ਤਰੀਕੇ ਦਾ ਨਾ ਇਹੋ ਜਿਹਾ ਵਰਤਾਰਾ ਕਰ ਸਕਦਾ ਜਿਹਦੇ ਨਾਲ ਆਮ ਲੋਕਾਂ 'ਤੇ ਕੋਈ ਹੋਰ ਬੋਝ ਵਧੇ। ਸਰਕਾਰਾਂ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਬੇਸ਼ੱਕ ਪੈਟਰੋਲ ਦੀ ਕੀਮਤ ਵਧਾ ਦੇਣ, ਬੇਸ਼ੱਕ ਗੈਸ ਦੀ ਕੀਮਤ ਵਧਾ ਦੇਣ, ਬੇਸ਼ੱਕ ਕਿੰਨੀ ਵੀ ਮਹਿੰਗਾਈ ਕਰ ਦੇਣ, ਪਰ ਜੋ ਕਿਸਾਨ ਹੈ ਉਹ ਅਜਿਹਾ ਕੁਝ ਨਹੀਂ ਕਰੇਗਾ। ਤਾਂ ਸੰਯੁਕਤ ਮੋਰਚੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਦੁੱਧ ਦੀ ਕੀਮਤ ਜੋ ਹੈ ਉਹੀ ਰਹੇਗੀ, ਹਾਂ ਜਿਹੜਾ ਪੈਟਰੋਲ ਦੀ ਕੀਮਤ ਹੈ, ਡੀਜ਼ਲ ਦੀ ਕੀਮਤ ਹੈ, ਉਹਨੂੰ ਘਟਾਉਣ ਲਈ ਸਰਕਾਰ ਉੱਪਰ ਦਬਾਅ ਬਣਾਇਆ ਜਾਵੇਗਾ। ਦੁੱਧ ਦੀ ਕੀਮਤ ਹੈ ਜਿਹੜੀ ਉਹਦੇ ਨਾਲ ਹਰ ਇੱਕ ਜਿਹੜਾ ਆਮ ਬੰਦਾ ਹੈ, ਆਮ ਲੋਕ ਹੈ, ਆਮ ਕਿਸਾਨ ਹੈ, ਆਮ ਵਪਾਰੀ ਹੈ, ਉਹਦੇ 'ਤੇ ਪ੍ਰਭਾਵ ਪਵੇਗਾ ਜੇਕਰ ਦੁੱਧ ਦੀ ਕੀਮਤ ਇਸ ਤਰੀਕੇ ਨਾਲ ਵੱਧਦੀ ਹੈ। ਤਾਂ ਉਹਨਾਂ ਸਪਸ਼ਟ ਕੀਤਾ ਕਿ ਕਿਸਾਨ ਕਿਸੇ ਵੀ ਤਰੀਕੇ ਦਾ ਅਜਿਹਾ ਕੰਮ ਨਹੀਂ ਕਰਨਗੇ ਜਿਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ 'ਤੇ ਕੋਈ ਪ੍ਰਭਾਵ ਪਵੇ। ਸਰਕਾਰਾਂ ਬੇਸ਼ੱਕ ਪੈਟਰੋਲ ਦੀਆਂ, ਡੀਜ਼ਲ ਦੀਆਂ ਹੋਰ ਕੀਮਤਾਂ ਵਧਾ ਕੇ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੀਆਂ, ਪਰ ਜਿਹੜੇ ਕਿਸਾਨ ਹੈ, ਕਿਸਾਨ
किसान तो खुद जिहड़े आ इस दौर दे विचों गुजर रहे आ। किसान तो खुद पूरे देश की लड़ाई लड़ रहे आ। किसान केवल तीन बिलों की लड़ाई नहीं लड़ रहे, पूरे देश में जिहड़ियां नीतियां लिया रही आ सरकार वक्खो वक्खरे तरीकों के नाल निजीकरण दीआं, उन्हां दे खिलाफ भी डट के बैठे हुए हैं। तो एक संयुक्त किसान मोर्चे ने स्पष्ट किया कि ना तो 1 से 5 मार्च तक कोई हड़ताल है, ना कोई दुध बंदी है, ना उस तो बाद कोई दुध का जो रेट है वह 100 रुपया लीटर किया जाना है। असं भी तुहानू कहने आ कि जेकर कोई किसानों वालों कॉल आउंदी है, किसान किसी चीज़ का सद्दा देंदे आ, किसान किसी प्रोग्राम देंदे आ, तो संयुक्त किसान मोर्चे का फेसबुक पेज या संयुक्त किसान मोर्चे की खबर या संयुक्त किसान मोर्चे के किसी लीडर का बयान तो बाद ही उस पर यकीन किया जाए। जिहड़ियां अफवाहां सोशल मीडिया के उत्ते फैलदियां होंदियां, इन्हां चों बहुत गिनती जिहड़ियां होंदियां झूठियां होंदियां, फेक होंदियां। कुछ जेकर असीं गल करिए जिहड़ा IT सैल है सरकार दा, भाजपा दा कह लईए, वह भी अजिहियां अफवाहां फैलाउंदा तां कि लोकां च पाड़ वधे। आम व्यापारी आम लोगों के जिन्हें बेशक वह खेती के उत्ते निर्भर है पर उन्होंने कारोबार अलग है, उन्होंने उत्ते ते किसानों के पाड़ा वधे ते किसानों के जिहड़ा पाड़ा वध के यह अंदोलन फेल होवे तां किसी ना किसी तरीके नाल सरकार दीआं जां BJP के IT सैल दीआं इह चालां हो सकदीआं, पर तुहानूं इस तों सचेत रहिण दी लोड़ है। संयुक्त किसान मोर्चे के लीडरां दे मूहों जिन्हां चिर कोई बयान नहीं आउंदा किसी भी तरीके की सोशल मीडिया से, व्हाट्सएप से, फेसबुक से, ट्विटर से, इंस्टाग्राम से, किसी भी जिहड़ी इहोजी तुसीं खबर देखदे हो, इहोजा कोई बयान देखते हो तो उत्ते बिल्कुल यकीन ना किया जाए। ये कोरियां झूठियां अफवाहां होंदियां लोगों आपस में पाड़न के लिए। तो संयुक्त किसान मोर्चे ने फिर तो दस दिए कि अजिही किसी भी तरीके की हड़ताल दुध के 100 रुपये लीटर का कोई समर्थन नहीं किया। उन्होंने वालों कहा कि जो आम रेट चलते उही रहेंगे, आम लोग ही किसान है तो आम लोगों के उपर इन्हों का प्रभाव पैना। सो जिहड़ियां अफवाहां सचेत रहो, किसी भी तरीके का अजिहा कोई बाइकाट नहीं है। जेकर अगे भी कोई अफवाह तुहानू जे तुहाडे हथ दे विच आउंदी है तो उन्होंने अगे फैलाउण तो पहले एक बार क्लीयर जरूर करया करो, अगे दी अगे फॉरवर्ड करन दी जगह खुद क्लीयर करो, देखो की सच्चाई है इहदे पिछे, जिहड़ा बयान लिखिया की वह बयान दे रहा है, की उहदा हथ लिखत है, की उहदे फेसबुक के उहदे अकाउंट के उत्ते है। जेकर अजिहा नहीं है तो फिर वह अगे भी ना फैलाई जाए।